ਤੇ ਹੁਣ ਗੱਲ ਕਿਸਾਨਾਂ ਦੀ ਕਰਾਂਗੇ। ਚੰਡੀਗੜ੍ਹ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਹੈ, ਚੰਡੀਗੜ੍ਹ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ। ਸੈਕਟਰ 34 ਦੇ ਦੁਸਹਿਰਾ ਗਰਾਊਂਡ ਦੇ ਵਿੱਚ ਇਹ ਕਿਸਾਨ ਪਹੁੰਚਣਗੇ। 2 ਸਤੰਬਰ ਨੂੰ ਸੀਐਮ ਮਾਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਤੇ 4 ਸਤੰਬਰ ਤੱਕ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਮਨਜ਼ੂਰੀ ਇੱਥੇ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ 4 ਸਤੰਬਰ ਤੱਕ ਧਰਨਾ ਜਾਰੀ ਰਹੇਗਾ ਅਤੇ 5 ਤੱਕ ਦੀ ਮਨਜ਼ੂਰੀ ਇੱਥੇ ਦਿੱਤੀ ਗਈ ਹੈ। ਅੱਜ ਚੰਡੀਗੜ੍ਹ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ, ਚੰਡੀਗੜ੍ਹ ਵਿੱਚ ਕਿਸਾਨ ਪਹੁੰਚਣਗੇ। ਸੈਕਟਰ 34 ਦੇ ਦੁਸਹਿਰਾ ਗਰਾਊਂਡ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੈਕਟਰ 17 ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਹੈ, ਪਰ ਸੈਕਟਰ 17 ਦੀ ਇਜਾਜ਼ਤ ਨਹੀਂ ਮਿਲ ਪਾਈ ਕਿਉਂਕਿ ਵਿਧਾਨ ਸਭਾ ਸੈਸ਼ਨ ਵੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ। ਪਰ ਜੇਕਰ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀਆਂ ਮੰਗਾਂ ਨੇ ਇੱਕ ਖੇਤੀਬਾੜੀ ਨੀਤੀ ਲਾਗੂ ਕਰਨਾ, ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਰੋਕਣਾ, ਕਈ ਘਰਾਂ ਦੇ ਵਿੱਚ ਸੱਥਰ ਵਿੱਚ ਗਏ ਨੇ ਨਸ਼ੇ ਕਰਨ, ਅਤੇ ਬੇਜ਼ਮੀਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਵੰਡ ਕਰਨਾ, ਅਤੇ ਇਨਵਾਇਰਮੈਂਟ ਸਿਕਿਉਰਿਟੀ ਇੱਕ ਵੱਡੀ ਮੰਗ ਹੈ ਕਿਸਾਨਾਂ ਦੀ, ਅਤੇ ਉੱਥੇ ਹੀ ਰਸਾਇਣ ਮੁਕਤ ਫਸਲ ਉਤਪਾਦਨ ਨੂੰ ਉਤਸ਼ਾਹਿਤ ਕਰਨਾ, ਇਹ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ 5 ਦਿਨ ਚੰਡੀਗੜ੍ਹ ਵਿੱਚ ਕਿਸਾਨ ਡਟਣਗੇ, ਸੈਕਟਰ 34 ਦੇ ਗਰਾਊਂਡ ਦੇ ਵਿੱਚ ਡਟਣਗੇ। ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਵੀ ਕਿਸਾਨ ਇਕੱਠੇ ਹੋ ਰਹੇ ਨੇ, ਲਗਾਤਾਰ ਨਸ਼ਿਆਂ ਦੀ ਰੋਕਥਾਮ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਜੋ ਵੀਡੀਓ ਸਾਹਮਣੇ ਆਉਂਦੇ ਨੇ ਉਹਨਾਂ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੰਦੇ ਨੇ ਜੋ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਕਿ ਕੀ ਵਾਕਈ ਨਸ਼ੇ 'ਤੇ ਠੱਲ ਪਾਈ ਜਾ ਰਹੀ ਹੈ। ਅਤੇ ਸੈਕਟਰ 34 ਦੇ ਦੁਸਹਿਰਾ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਇਕੱਠ ਹੋਵੇਗਾ। 2 ਸਤੰਬਰ ਨੂੰ ਸੀਐਮ ਨੂੰ ਮੰਗ ਪੱਤਰ ਸੌਂਪਣ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ। 4 ਸਤੰਬਰ ਤੱਕ ਕਿਸਾਨ ਧਰਨਾ ਜਾਰੀ ਰੱਖਣਗੇ। 5 ਸਤੰਬਰ ਨੂੰ ਮੀਟਿੰਗ ਕਰ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਕਿ ਅੱਗੇ ਕਿਸਾਨਾਂ ਨੇ ਕਿਵੇਂ ਕਰਨਾ ਹੈ, ਕੀ ਕਰਨਾ ਹੈ, ਅਤੇ ਰਣਨੀਤੀ 5 ਸਤੰਬਰ ਨੂੰ ਤੈਅ ਕੀਤੀ ਜਾਵੇਗੀ। ਸੈਕਟਰ 34 ਦੇ ਦੁਸਹਿਰਾ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਇਕੱਠ ਹੈ। 2 ਸਤੰਬਰ ਨੂੰ ਸੀਐਮ ਨੂੰ ਮੰਗ ਪੱਤਰ ਸੌਂਪਣ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ। 4 ਸਤੰਬਰ ਤੱਕ ਧਰਨਾ ਜਾਰੀ ਰੱਖਣਗੇ। ਤਾਂ ਚੰਡੀਗੜ੍ਹ ਵਿੱਚ ਅੱਜ ਕਿਸਾਨ ਇਕੱਠੇ ਹੋ ਰਹੇ ਨੇ ਅਤੇ ਪੂਰਾ ਸ਼ੈਡਿਊਲ ਇਹ ਕਿਸਾਨਾਂ ਦਾ ਰਹਿਣ ਜਾ ਰਿਹਾ 1 ਤੋਂ ਲੈ ਕੇ 5 ਤਰੀਕ ਤੱਕ, ਅਤੇ 1 ਸਤੰਬਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ। ਸੈਕਟਰ 34 ਦੇ ਦੁਸਹਿਰਾ ਗਰਾਊਂਡ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ। 2 ਸਤੰਬਰ ਨੂੰ ਸੀਐਮ ਨੂੰ ਮੰਗ ਪੱਤਰ ਸੌਂਪਣ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ। 2 ਸਤੰਬਰ ਤੋਂ ਹੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਜੋ ਹੈ ਸ਼ੁਰੂ ਹੋਣ ਜਾ ਰਿਹਾ ਹੈ। 4 ਸਤੰਬਰ ਤੱਕ ਇਹ ਧਰਨਾ ਜਾਰੀ ਰਹੇਗਾ ਆਪਣੀਆਂ ਮੰਗਾਂ ਨੂੰ ਲੈ ਕੇ, ਅਤੇ 5 ਸਤੰਬਰ ਨੂੰ ਮੀਟਿੰਗ ਕਰਨਗੇ ਅਤੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਉੱਥੇ ਮੰਗਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ਿਆਂ ਤੋਂ ਦੂਰ ਕਿਸ ਤਰੀਕੇ ਨੌਜਵਾਨਾਂ ਨੂੰ ਕਰਨਾ ਹੈ, ਸਮੱਸਿਆ ਦੇ ਹੱਲ ਦੇ ਲਈ ਇਹ ਧਰਨਾ ਕੀਤਾ ਜਾ ਰਿਹਾ ਹੈ, ਅਤੇ ਇੱਕ ਜਿਹੜੀ ਨੀਤੀ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ। ਖੇਤੀ ਨੀਤੀ ਇੱਕ ਹੋਣੀ ਚਾਹੀਦੀ, ਇਹ ਕਹਿਣਾ ਹੈ ਕਿਸਾਨਾਂ ਦਾ। ਇੱਕ ਖੇਤੀਬਾੜੀ ਨੀਤੀ ਨੂੰ ਲਾਗੂ ਕਰਨ ਦੀ ਮੰਗ ਲੰਮੇ ਸਮੇਂ ਤੋਂ ਕਿਸਾਨ ਕਰ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋਏ। ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਰੋਕਣਾ ਇੱਕ ਮੰਗ ਹੈ, ਅਤੇ ਉੱਥੇ ਬੇਜ਼ਮੀਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਵੰਡ ਕੀਤੀ ਜਾਵੇ, ਵਾਤਾਵਰਣ ਸੁਰੱਖਿਆ ਕਿਸਾਨਾਂ ਦੀ ਮੁੱਖ ਮੰਗ ਹੈ, ਅਤੇ ਉੱਥੇ ਇਹ ਦੱਸ ਦਈਏ ਰਸਾਇਣ ਮੁਕਤ ਫਸਲ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਕਿਸਾਨਾਂ ਦੀ ਮੰਗ ਹੈ। ਅਤੇ ਇਹ ਦੱਸ ਦਈਏ ਕਿ ਬੀਕੇ ਉਗਰਾਹਾਂ ਚੰਡੀਗੜ੍ਹ ਕੂਚ ਕਰਨ ਜਾ ਰਿਹਾ ਹੈ, ਅਤੇ ਕਿਸਾਨ ਆਗੂਆਂ ਨੇ ਕੀ ਕਿਹਾ ਜਦੋਂ ਪ੍ਰੈਸ ਕਾਨਫਰੰਸ ਕੀਤੀ, ਉਹ ਵੀ ਇੱਕ ਵਾਰ ਸੁਣਾਵਾਂਗੇ।
2 ਸਤੰਬਰ ਨੂੰ SKM ਰਾਜਨੀਤਿਕ ਵੱਲੋਂ ਵੀ ਚੰਡੀਗੜ੍ਹ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ। ਸੈਕਟਰ 34 ਵਿੱਚ SKM ਰਾਜਨੀਤਿਕ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਸਾਨੂੰ 49-50 ਜਾਨੀ ਮੋਹਾਲੀ ਦੇ ਆਸ ਪਾਸ ਦੇ ਏਰੀਏ 'ਚ ਸੁੰਨੇ ਏਰੀਏ 'ਚ ਜਿਹੜਾ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਾ ਲੱਗਿਆ ਉਹ 4-5 ਥਾਵਾਂ ਦਿਖਾਈਆਂ ਜਿਹੜੀਆਂ ਅਸੀਂ ਰੱਦ ਕਰਤੀਆਂ ਵੀ ਇੱਥੇ ਨਹੀਂ ਇਹ। ਹੁਣ ਅਸੀਂ ਕੱਲ੍ਹ ਨੂੰ ਚੰਡੀਗੜ੍ਹ ਆਵਾਂਗੇ ਅਤੇ ਅਸੀਂ ਆਪਦੀ ਰੈਲੀ ਕਿੱਥੇ ਕਰਨੀ ਹੈ 17 ਸੈਕਟਰ ਦੇ ਵਿੱਚ ਅਸੀਂ ਸਾਡਾ ਪਲੈਨ ਹੈ ਆਉਣ ਦਾ। 2 ਸਤੰਬਰ ਦੀ ਰੈਲੀ ਲਈ ਚੰਡੀਗੜ੍ਹ ਵਿਖੇ ਸੈਕਟਰ 34B ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਹਾਨੂੰ ਰੈਲੀ ਕਰਨ ਲਈ ਜਗ੍ਹਾ ਅਲਾਟ ਹੋ ਚੁੱਕੀ ਹੈ। ਇਸ ਲਈ ਮੇਰੀ ਸਾਰਿਆਂ ਨੂੰ ਸਨੇਮਰ ਬੇਨਤੀ ਹੈ ਕਿ ਆਪੋ ਆਪਣੇ ਵਹੀਕਲਾਂ 'ਤੇ ਜਦੋਂ ਆਓ ਬੜੇ ਆਰਾਮ ਨਾਲ ਡਿਸਿਪਲਿਨ ਨਾਲ ਟ੍ਰੈਫਿਕ ਦਾ ਧਿਆਨ ਕਰਕੇ ਕੋਈ ਹਾਦਸਾ ਨਾ ਹੋ ਜੇ ਇਹ ਤੋਂ ਬਚ ਕੇ। ਇਹ ਜਿਹੜੀ ਜਗ੍ਹਾ ਅਸੀਂ ਖੜ੍ਹੇ ਹਾਂ ਇਹ ਸੈਕਟਰ 34 ਦਾ ਗਰਾਊਂਡ ਆ, ਗੁਰਦੁਆਰਾ ਸਾਹਿਬ ਸਾਹਮਣੇ ਆ। ਉਹ ਜਗ੍ਹਾ ਸਾਨੂੰ ਅਲਾਟ ਹੋ ਗਈ ਆ, ਉਹਦੇ 'ਤੇ ਕੱਲ੍ਹ ਸਾਰਾ ਟੈਂਟ ਲੱਗ ਜੂ, ਪ੍ਰਬੰਧ ਹੋ ਜਾਣਗੇ। ਲਗਾਤਾਰ ਡਿਸਕਸ਼ਨਾਂ ਦੇ ਦੌਰ ਤੋਂ ਬਾਅਦ ਅੱਜ ਆਖਿਰਕਾਰ ਸੈਕਟਰ 34 ਦੇ ਪੁਲਿਸ ਸਟੇਸ਼ਨ ਦੇ ਵਿੱਚ SSP ਚੰਡੀਗੜ੍ਹ, ਟ੍ਰੈਫਿਕ DSP ਔਰ ਬਾਕੀ 2 ਹੋਰ DSP, ਕੁਛ ਹੋਰ ਅਧਿਕਾਰੀ ਅਤੇ ਪੰਜਾਬ ਪੁਲਿਸ ਵੱਲੋਂ IG ਗੁਰਪ੍ਰੀਤ ਸਿੰਘ ਭੁੱਲਰ, SSP ਮੋਹਾਲੀ, DSP ਮੋਹਾਲੀ, ਇਹ ਅਧਿਕਾਰੀ ਸ਼ਾਮਿਲ ਸੀ, ਜਿਹਦੇ 'ਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਸੈਕਟਰ 34 ਦੀ ਇਹ ਜਗ੍ਹਾ ਸਾਨੂੰ ਅਲੋਟ ਕੀਤੀ ਹੈ। ਇਹ ਇੱਕ ਕਿਸਮ ਨਾਲ ਇੱਧਰੋਂ ਸਰੋਵਰ ਪਥ ਹੈ ਔਰ ਦੂਸਰੇ ਪਾਸੇ ਸਾਨੂੰ ਜਿਹੜਾ ਹਿਮਾਲੀਅਨ ਪਥ ਹੈ ਉਹਦੇ ਵਿਚਕਾਰ ਪੈਂਦਾ ਆ ਔਰ ਅਸੀਂ ਇਸ ਟਾਈਮ ਜਿਸ ਥਾਂ 'ਤੇ ਖੜ੍ਹੇ ਹਾਂ ਇਹ ਪੱਕੀ ਪਾਰਕਿੰਗ ਹੈ ਜਿਸ ਦੇ ਵਿੱਚ ਅਸੀਂ ਸ਼ਮਿਆਨਾ ਲਾਉਣ ਦੀ ਵਿਉਂਤਬੰਦੀ ਬਣਾ ਰਹੇ ਹਾਂ ਔਰ ਨਾਲ ਇੱਕ ਪਾਰਕਿੰਗ ਸਪੇਸ ਹੈ ਜਿੱਥੇ ਸਾਡੇ ਵਹੀਕਲ ਲੱਗਣਗੇ। 34 ਸੈਕਟਰ ਦੇ ਕੱਠ 'ਚ 2 ਤਰੀਕ ਨੂੰ ਪੰਜਾਬ ਦੇ ਲੋਕ ਹੁੰਮ ਹੁੰਮਾ ਕੇ ਪਹੁੰਚੇ। ਇਹ ਜਿਹੜੀ ਜਗ੍ਹਾ ਅਸੀਂ ਖੜ੍ਹੇ ਹਾਂ ਇਹ ਸੈਕਟਰ 34